ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਤਿੰਨ ਨੌਜਵਾਨ ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਪੁਲਿਸ ਆਈਜੀ ਨੇ ਦੱਸਿਆ ਕਿ ਇਹ ਚੋਰੀ ਕੀਤੀਆਂ ਗੱਡੀਆਂ ਨੂੰ ਉਹ ਐਕਸਲ ਤੇ ਵਿਕਣ ਵਾਲੀਆਂ ਗੱਡੀਆਂ ਦੇ ਨੰਬਰ ਲਗਾ ਕੇ ਦੂਸਰੇ ਸੂਬਿਆਂ 'ਚ ਵੇਚ ਦਿੰਦੇ ਸਨ ਤੇ ਇਹਨਾਂ ਤਿੰਨਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਮਾਮਲਾ ਦਰਜ ਕੀਤਾ ਗਿਆ ਅਤੇ ਅਗਲੀ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਬਟਾਲਾ ਪੁਲਿਸ ਨੇ ਦੋ ਗੈਂਗ ਨਿਊਟਰਲਾਈਜ਼ ਕੀਤੇ, ਗੈਂਗ ਦੇ ਤਿੰਨ ਮੈਂਬਰ ਸੀ, ਗੈਂਗ ਦੇ ਚਾਰ ਸੀਗੇ। ਇਹਨਾਂ ਕੋਲੋਂ ਚਾਰ ਵੈਪਨ ਰਿਕਵਰ ਕੀਤੇ ਗਏ ਨੇ, ਦੋ 12 ਬੋਰ ਦੀਆਂ ਜਿਹੜੀਆਂ ਗਨ ਸੀਗੀਆਂ, ਇੱਕ 32 ਬੋਰ ਦਾ ਰਿਵਾਲਵਰ, ਇੱਕ 32 ਬੋਰ ਦਾ ਪਿਸਟਲ, 2,55,000 ਰੁਪਇਆ ਕੈਸ਼ ਨਾਲ ਐਮੂਨੀਸ਼ਨ ਵੀ। ਇਹ ਗੈਂਗ ਜਿਹੜਾ ਸੀਗਾ ਗੱਡੀਆਂ ਚੋਰੀ ਕਰਦਾ ਸੀ ਔਰ ਵੇਚਦਾ ਸੀ। ਇੱਕ ਕੇਸ ਦੇ ਵਿੱਚ ਇਹਨਾਂ ਤੋਂ ਇਹ ਵੀ ਕਨਫਰਮ ਕੀਤਾ ਗਿਆ ਕਿ ਏਟੀਐਮ ਵੀ ਲੁੱਟਿਆ ਇਹਨਾਂ ਨੇ ਅੰਮ੍ਰਿਤਸਰ ਰੂਲ ਦੇ ਵਿੱਚ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ। ਜਿਹੜਾ ਦੂਸਰਾ ਗੈਂਗ ਸੀ ਉਹ ਠੇਕੇ ਲੁੱਟਦਾ ਸੀ ਔਰ ਜਿਹੜੇ ਬਿਜਲੀ ਬੋਰਡ ਦੇ ਟਰਾਂਸਫਾਰਮਰ ਲੱਗੇ ਹੋਏ ਨੇ ਉਹਨਾਂ ਵਿੱਚੋਂ ਐਟਲੀਸਟ 350 ਟਰਾਂਸਫਾਰਮਰਸ ਦੇ ਵਿੱਚੋਂ ਤੇਲ ਤੂਲ ਕੱਢ ਕੇ ਉਹ ਲੈ ਕੇ ਗਏ ਸੀ। ਇਹ ਬੰਦੇ ਜਿਹੜੇ ਗੱਡੀਆਂ ਚੋਰੀ ਕਰਨ ਵਾਲੇ ਸੀਗੇ ਗੈਂਗ ਨਾ, ਇਹ ਇੰਟਰਸਟੇਟ ਗੈਂਗ ਸੀਗਾ। ਇਹਨੂੰ ਬੜੀ ਮਿਹਨਤ ਨਾਲ SSP ਬਟਾਲਾ ਅਤੇ ਇਹਨਾਂ ਦੀ ਟੀਮ ਨੇ ਕਾਬੂ ਕੀਤਾ। ਇਹਨਾਂ ਨੇ ਵੀ ਐਕਸਪੈਕਟ ਕਿ ਜਿਹੜਾ ਚੋਰੀ ਚਕਾਰੀ ਦਾ ਜਿਹੜਾ ਸਿਸਟਮ ਸੀਗਾ ਇਹ ਬਟਾਲੇ ਦੇ ਏਰੀਏ ਦੇ ਵਿੱਚ ਜਾਂ ਪੈਰੀਫਰਲ ਏਰੀਆ ਦੇ ਵਿੱਚ ਸੀਗਾ ਉਹ ਖਤਮ ਹੋ ਜਾਏਗਾ। ਥੈਂਕ ਯੂ ਸੋ ਮਚ। ਇਹਨਾਂ ਦਾ ਕੇਸ ਤਾਂ 2.5-3 ਸਾਲ ਪਹਿਲਾਂ ਤੋਂ ਵੀ ਬਣੇ ਹੋਏ ਨੇ, ਜਿਹਦਾ ਮਤਲਬ ਹੈ 3 ਸਾਲ ਦਾ ਗੈਂਗ ਓਪਰੇਟ ਹੀ ਕਰ ਰਿਹਾ ਸੀਗਾ। ਮੁੱਖ ਬੰਦਾ ਹੈ ਜੀ ਗੁਰਪ੍ਰੀਤ ਸਿੰਘ, ਇਹ ਬਟਾਲੇ ਦਾ ਹੀ ਹੈਗਾ ਆ। ਇਹਦੇ 'ਤੇ ਪਹਿਲਾਂ ਹੀ 302 ਦਾ ਇੱਕ ਪਰਚਾ ਦੱਸਦਾ, ਇਹ ਪੈਰੋਲ 'ਤੇ ਬਾਹਰ ਆਇਆ ਸੀਗਾ 1-1.5 ਸਾਲ ਪਹਿਲਾਂ। ਉਹ ਤੋਂ ਬਾਅਦ ਇਹ ਗਿਆ ਨਹੀਂ, ਤਾਂ ਇਹ ਪਿਓਰ ਡਿਕਲੇਅਰਡ ਆਦਮੀ ਹੈਗਾ। ਹੀ ਇਜ਼ ਅ ਮੇਨ ਕਲਪਿਟ ਫਾਰ ਦੈਟ ਮੈਟਰ, ਦਾ ਹੈਡ ਆਫ ਦਾ ਗੈਂਗ। ਨਹੀਂ ਜਾਂਦੇ ਆਉਂਦੇ ਨੇ ਜੀ, ਇੱਥੇ ਵੀ ਚੋਰੀ ਕਰਦੇ ਨੇ, ਬਾਕੀ ਅਡਜੋਇਨਿੰਗ ਸਟੇਟਸ ਵੀ ਓਪਰੇਟ ਕਰਦੇ ਨੇ, ਡਿਸਟ੍ਰਿਕਟ ਵੀ ਓਪਰੇਟ ਕਰਦੇ ਨੇ। ਇਹਨਾਂ ਦੀ ਮੋਡਸ ਪਰੈਂਡ ਇਹ ਸੀ ਕਿ OLX ਤੋਂ ਨੰਬਰ ਲੈ ਲੈਂਦੇ ਹੁੰਦੇ, ਜਿਹੜੀਆਂ ਸੇਲ ਦੀਆਂ ਵਹੀਕਲ ਲੱਗੀਆਂ ਹੁੰਦੀਆਂ ਸੀ ਉਹਨਾਂ ਨੰਬਰਾਂ ਨੂੰ ਇਹ ਇਹਨਾਂ ਗੱਡੀਆਂ 'ਤੇ ਲਗਾ ਕੇ ਵੇਚ ਦਿੰਦੇ ਸੀ, ਬਿਕੋਜ਼ ਦੇ ਵਰ ਅਰਲੀ ਇਨ ਦ ਪ੍ਰੋਸੈਸ ਆਫ ਸੇਲ ਐਂਡ ਆਲ ਦੈਟ, ਦੈਟ ਵਾਸ ਕੁਆਈਟ ਏ ਗੁੱਡ ਕਵਰ ਫਾਰ ਦੈਮ। ਰੋਹਿਤ ਗੁਪਤਾ ਦੀ ਰਿਪੋਰਟ ਲਾਈਵ ਬਾਰੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ JP ਸਿੰਘ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ। COVID-19 ਦੀ ਮਹਾਮਾਰੀ ਤੋਂ ਬਾਅਦ UK, USA, ਕੈਨੇਡਾ, ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੇ ਨਿਯਮਾਂ ਵਿੱਚ ਆਇਆ ਹੈ ਵੱਡਾ ਬਦਲਾਅ। ਜੇਕਰ ਤੁਸੀਂ ਵੀ ਇਹਨਾਂ ਕੰਟਰੀਆਂ ਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀ ਐਕਸਪਰਟ ਟੀਮ ਤੋਂ ਸਲਾਹ ਲੈਣਾ ਨਾ ਭੁੱਲਣਾ, ਕਿਉਂਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਕੋਲ ਹੈ ਪਿਛਲੇ 13 ਸਾਲ ਦਾ ਵੱਡਾ ਤਜਰਬਾ, ਜਿਨ੍ਹਾਂ ਦੀ ਮਦਦ ਦੇ ਨਾਲ ਹਜ਼ਾਰਾਂ ਹੀ ਪੰਜਾਬ ਦੇ ਨੌਜਵਾਨ ਵਿਦੇਸ਼ ਦੇ ਵਿੱਚ ਆਪਣਾ ਚੰਗਾ ਭਵਿੱਖ ਬਣਾ ਚੁੱਕੇ ਨੇ। ਜੇਕਰ ਤੁਸੀਂ ਵੀ ਵਿਦੇਸ਼ ਪੜ੍ਹਾਈ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਡਿਸਪਲੇ ਹੋ ਰਹੇ ਨੰਬਰ 'ਤੇ ਕਾਲ ਕਰਕੇ ਤੁਸੀਂ ਮੈਨੂੰ ਅੰਮ੍ਰਿਤਸਰ ਅਤੇ ਜਲੰਧਰ ਆਫਿਸ ਦੇ ਵਿੱਚ ਮਿਲ ਸਕਦੇ ਹੋ ਔਰ ਅਸੀਂ ਕਰਾਂਗੇ ਤੁਹਾਡਾ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਦੇ ਸੁਪਨੇ ਨੂੰ ਸਾਕਾਰ। ਧੰਨਵਾਦ।